ਹਾਂਜੀ ਹਸਤੀ ਕਾਲ ਸਰਨ ਕੀ ਹਾਲ ਚਾਲ ਆਂਸ ਕਰਦੇ ਆਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਰਾਜੀ ਖੁਸ਼ੀ ਰਹੋ ਵੀਰ ਮੇਰੇ ਅੱਜ ਹੋ ਗਈ ਆ 28 ਸਤੰਬਰ 2024 ਦਿਨ ਹੋ ਗਿਆ ਸ਼ਨੀਵਾਰ 28 ਸਤੰਬਰ 2024 ਜਰਨਾਤਸ ਸਾਬਤੋ ਅੱਜ ਦੀ ਸਭ ਤੋਂ ਵੱਡੀ ਪਹਿਲਾਂ ਤਾਂ ਅਪਡੇਟ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਵੀ ਅੱਜ ਬੀਤੇ ਕੱਲ 27 ਤਰੀਕ ਸੀਗੀ ਨਵੀਂ ਫਲੂਸੀ ਤੇ ਜਿਹੜੀ ਇਹਨਾਂ ਦੀ ਕੈਬਿਨੇਟ ਮੀਟਿੰਗ ਹੋਣੀ ਸੀ ਉਹਦੇ ਵਿੱਚ ਕੀ ਕੀ ਹੋਇਆ ਉਹ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਥੋੜਾ ਜਿਹਾ ਮੋਟਾ-ਮੋਟਾ ਇਹ ਤੁਹਾਨੂੰ ਦੱਸੂਗਾ ਵੀ ਕੀ ਕੀ ਹੋਇਆ ਨਵੀਂ ਫਲੂਸੀ ਦੇ ਵਿੱਚ ਕੀ ਕਾਨੂੰਨ ਬਦਲਣ ਜਾ ਰਹੇ ਆ ਠੀਕ ਆ ਨਵੀਂ ਫਲੂਸੀ ਕੈਨਸਲ ਹੋ ਰਹੀ ਆ ਬੰਦ ਹੋ ਰਹੀ ਆ ਕਿ ਖੁੱਲੂਗੀ ਵੀ ਜੇ ਖੁੱਲੂਗੀ ਨਵੀਂ ਫਲੂਸੀ ਖੁੱਲੂਗੀ ਤਾਂ ਕੀ ਕੀ ਫੇਰ ਬਦਲ ਹੋਣਗੇ ਕਾਨੂੰਨ ਬਦਲੇ ਜਾਣਗੇ ਤੇ ਉਸ ਖਬਰ ਦਾ ਲਿੰਕ ਵੀ ਥੱਲੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦੂੰਗਾ ਤੇ ਨਾਲ ਹੀ ਬਾਕੀ ਜਿਹੜੀ ਮੇਨ ਅਪਡੇਟ ਸੀ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਸੀਗੀ ਮੈਂ ਬਈ ਇਟਲੀ ਦੇ ਵਿੱਚ ਜਿਹੜੇ ਮੇਰੇ ਵੀ ਆਉਂਦੇ ਆ ਹਨਾ ਉਹ ਸਪੈਸ਼ਲ ਵੀਡੀਓ ਬਣਾਉਂਦੀ ਸੀਗੀ ਡਰਨ ਦੀ ਲੋੜ ਨਹੀਂ ਆਓ ਤੇ ਅਪਾਇੰਟਮੈਂਟਾਂ ਦੀ ਗੱਲ ਕਰਾਂਗੇ ਤੇ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਓ ਤੇ ਚੱਲਦੇ ਆਂ ਪਹਿਲੀ ਆਪਣੀ ਮੇਨ ਖਬਰ ਵੱਲ ਜਿਹੜੀ ਮੈਂ ਇਸ ਟਾਈਮ ਕੰਪਿਊਟਰ ਤੇ ਬੈਠ ਕੇ ਰਿਕਾਰਡਿੰਗ ਕਰ ਰਿਹਾ ਜਿਹੜੀ ਮੇਰੇ ਸਾਹਮਣੇ ਖਬਰ ਆ ਰਹੀ ਹੈ ਬਈ ਜਿਹੜੀ ਡਿਕ੍ਰੀ ਤੋਂ ਹੁਦੂਸੀਆ ਮੰਤਰੀ ਮੰਡਲ ਨੇ ਮੁਲਤਵੀ ਕਰ ਦਿੱਤਾ ਕਰਨ ਇਹ ਮੁਲਤਵੀ ਕਰਦਾ ਮਤਲਬ ਹੁੰਦਾ ਅ ਦੀ ਨਾਵਿਆ ਹਨਾ ਵੀ ਕੀ ਕੀ ਇਹਦੇ ਵਿੱਚ ਫੇਰ ਬਦਲਾ ਹੋਣ ਵਾਸਤੇ ਜਿਹੜੇ ਡਰਾਫਟ ਬਣ ਜਾਣਗੇ ਇਹ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਸੀਗੀ ਇਹਨਾਂ ਨੇ ਫੇਰ ਇਹ ਕੈਨਸਲ ਕਰ ਦਿੱਤੀ ਆ ਕਿਉਂਕਿ ਇਹਦੇ ਵਿੱਚ ਬਹੁਤ ਗੱਲਾਂ ਤੇ ਜਿਹੜਾ ਸੁਧਾਰ ਹੋਣੇ ਬਾਕੀ ਆ ਗੱਲਾਂ ਤੇ ਕਿਹੜੀਆਂ ਦੇ ਜਿਹੜੀ ਨਵੀਂ ਫਲੂਸੀ ਨਵੇਂ ਪੇਪਰ ਜਿਹੜੇ ਖੁੱਲਨੇ ਐ ਐਮਐਸ ਨੂੰ ਇਹ ਦੱਸਦਾ ਪੰਜਾਬੀ ਜੀ ਦੱਸਦਾ ਮੈਂ ਖੇੜ ਪੰਜਾਬੀ ਦੱਸਦਾ ਚਲੋ ਵੀ ਜਿਹੜੀ ਮਲਾਨੀ ਮਲੋਨੀ ਸਰਕਾਰ ਵੱਲੋਂ ਜਿਹੜੀ ਨਵੀਂ ਫਲੂਸੀ ਹੈ ਇਹ ਖੁੱਲਣੀ ਆ 2023 ਤੋਂ 25 ਤੱਕ ਦੀ ਰੱਖੀ ਗਈ ਸੀ 4 ਲੱਖ ਕੁਸ਼ ਬੰਦੇਆਂ ਵਾਸਤੇ ਉਹਦੇ ਵਿੱਚ ਹੁਣ ਜਿਹੜੀ 2025 ਦੇ ਵਿੱਚ ਜਿਹੜੀ 1 ਲੱਖ ਤੇ ਕੁਸ਼ 70-75 ਹਜ਼ਾਰ ਮੈਨੂੰ ਕੋਟਾ ਨਹੀਂ ਕਿਤੇ ਵੀ ਕਿੰਨੇ ਬੰਦੇ ਆਸੇ ਖੁੱਲ ਰਹੀ ਨਵੀਂ ਫਲੂਸੀ ਉਹਦੇ ਵਿੱਚ ਕੀ ਕੀ ਸੁਧਾਰ ਹੋਣਗੇ ਉਹ ਜਿਹੜੀ ਮੰਤਰੀ ਪ੍ਰਿਜਿਤ ਦੀ ਜਿਹੜੀ ਬੀਤੇ ਕੱਲ ਮੀਟਿੰਗ ਸੀਗੀ ਉਹ ਹੁਣ ਮੀਟਿੰਗ ਅਗਲੀ ਮੀਟਿੰਗ ਤੱਕ ਜਿਹੜੀ ਮੁਲਤਵੀ ਕਰ ਦਿੱਤੀ ਗਈ ਹੈ ਮੀਟਿੰਗ ਮੁਲਤਵੀ ਕਰਨ ਦਾ ਮਤਲਬ ਇਹ ਆ ਕਿਉਂਕਿ ਮੁੱਦੇ ਬਾਹਰ ਇਹਨਾਂ ਕੋਲੇ ਮੁੱਦੇ ਬਾਹਰ ਆ ਗਏ ਹੁਣ ਇੱਥੇ ਕਈ ਮੇਰੇ ਵੀਰ ਵੀਡੀਓ ਕਹਿਣਗੇ ਵੀ ਸਾਡੇ ਕੰਮ ਦੀ ਵੀਡੀਓ ਨਹੀਂ ਇਹ ਜਿਹੜੇ ਮੇਰੇ ਵੀਰਾਂ ਨੇ ਫੇਰ ਪੇਪਰ ਭਰਾਉਣੇ ਆ ਫੇਰ ਕਲਿੱਕ ਕਰਾਉਣੇ ਆ ਜਿਨ੍ਹਾਂ ਦੇ ਨਹੀਂ ਨਿਕਲੇ ਰਾਜ ਜਾਂਜ ਨਾਲ ਨਵੇਂ ਭਰਾਉਣੇ ਆ ਉਹਨਾਂ ਦੇ ਕੰਮ ਦੀ ਵੀਡੀਓ ਆ ਖਾਸ ਕਰਕੇ ਠੀਕ ਹੈ ਹਾਂ ਜਿਹੜੇ ਇਟਲੀ ਦੇ ਵਿੱਚ ਆ ਚੁੱਕੇ ਆ ਜਿਹੜੇ ਪਹੁੰਚ ਚੁੱਕੇ ਆ ਕਮਾਂਗਰਾਂ ਦੇ ਉਹਨਾਂ ਦੇ ਕੰਮ ਦੀ ਵੀਡੀਓ ਨਹੀਂ ਗਈ ਤੇ ਇਹ ਮੈਂ ਪਹਿਲਾਂ ਹੀ ਦੱਸ ਦਿੰਦਾ ਅੱਛਾ ਇਹਦੇ ਵਿੱਚ ਪਹਿਲਾ ਨੁਕਤਾ ਬਈ ਨੌਕਰੀ ਤੇ ਹਾਲਜੀਆਂ ਦਾ ਪ੍ਰਬੰਧਨ ਵਿੱਚ ਤਬਦੀਲੀ ਮੈਂ ਪੰਜਾਬੀ ਕੰਬੀ ਹਮੈਂਟ ਨਲਾ ਜੈਸਟੀਨਸ ਦੁਬਾਂਦੇ ਦੀ ਅਸੋਸੀਓਨੇ ਮਤਲਬ ਅਸੋਸੀਓਨੇ ਹੁੰਦਾ ਬਈ ਤੁਹਾਨੂੰ ਮਾਲਕ ਜਿਹੜਾ ਬੁਲਾ ਰਿਹਾ ਹਨਾ ਉਹ ਬੁਲਾ ਰਿਹਾ ਉਹਦੇ ਵਿੱਚ ਬੀ ਉਹ ਹੋ ਮਾਲਕ ਤੁਹਾਡੇ ਜਿਹੜਾ ਕੰਟਰੈਕਟ ਹੈ ਜਿਹੜਾ ਕੀਤਾ ਉਹਦੇ ਤੇ ਸਾਈਨ ਕਰਨ ਤੁਹਾਡੇ ਨਾਲ ਜਾ ਰਿਹਾ ਕਿ ਨਹੀਂ ਹਨਾ ਜਾਂ 8 ਦਿਨਾਂ ਦੇ ਵਿੱਚ ਤੁਸੀਂ ਇਟਲੀ ਦੇ ਵਿੱਚ ਐਂਟਰ ਹੋਗੇ 8 ਦਿਨਾਂ ਦੇ ਵਿੱਚ ਤੁਹਾਡੇ ਦਸਖਤ ਇਕਰਾਰਨਾਮੇ ਦੇ ਉੱਤੇ ਕੰਟਰੈਕਟ ਦੇ ਉੱਤੇ ਦਸਖਤ ਕਰਨ ਦੀ ਜ਼ਿੰਮੇਵਾਰੀ ਲੈ ਰਿਹਾ ਕਿ ਨਹੀਂ ਮਤਲਬ ਉਹਨੇ ਕੋਈ ਪੈਕ ਕੋਈ ਮੇਲ ਜਾਂ ਫੋਨ ਕੀਤਾ ਕਿ ਨਹੀਂ ਇਹਦੇ ਤੇ ਪਹਿਲਾ ਪਹਿਲਾ ਨੁਕਤਾ ਇਹ ਰੱਖਿਆ ਗਿਆ ਔਰ ਮੇਰੇ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਫੇਰ ਦੱਸਦਾ ਬਈ ਜਦੋਂ ਤੁਸੀਂ ਇਟਲੀ ਦੇ ਵਿੱਚ ਐਂਟਰ ਕਰ ਜਾਂਦੇ ਆ ਜਿਸ ਦਿਨ ਤੁਸੀਂ ਲੈਂਡ ਕਰ ਗਏ ਉਸ ਤੋਂ ਲੈ ਕੇ 8 ਦਿਨਾਂ ਦੇ ਵਿੱਚ ਮਾਲਕ ਦੀ ਜ਼ਿੰਮੇਵਾਰੀ ਬਣਦੀ ਹੈ ਬਈ ਤੁਹਾਡੀ ਪੈਕਾ ਜਿਹੜੀ ਪਲਾਂਵਾਲ ਦੇ ਵਕੀਰ ਨਹੀਂ ਭੇਜਵਾਵੇ ਪਲਾਂ ਆ ਭੇਜੇ 8 ਦਿਨਾਂ ਦੇ ਵਿੱਚ ਤੁਹਾਡੀ ਪੈਕ ਈਮੇਲ ਫੋਨ ਕਰਕੇ ਦੱਸਣਾ ਵੀ ਮੇਰਾ ਬੰਦਾ ਪਹੁੰਚ ਗਿਆ ਇੱਥੇ ਆ ਉਹਦਾ ਵੀਜ਼ਾ ਤੇ ਆ ਉਹਦੀ ਐਨ ਦੀ ਸਟੈਂਪ ਆ ਉਹਦਾ ਪਾਸਪੋਰਟ ਆ ਆ ਉਹਦਾ ਬੰਦੇ ਦਾ ਨੂਲਾ ਅਵਸਤਾ ਤੇ ਉਸ ਤੋਂ ਬਾਅਦ ਜਦੋਂ ਭੇਜਿੰਦਾ ਉਸ ਤੋਂ ਬਾਅਦ ਪਰਫਾ ਤੂਰਾ ਜਿਹੜਾ ਇੱਕ ਅਪਾਇੰਟਮੈਂਟ ਬੰਦਾ ਵੀ ਕੈਸ ਦਿਨ ਤੁਸੀਂ ਆ ਕੇ ਸਾਈਨ ਕਰਨੇ ਆ ਸਾਈਨ ਕਿਨੇ ਕਰਨੇ ਆ ਮਾਲਕ ਨੇ ਤੇ ਜਿਹੜਾ ਬੰਦਾ ਇੰਡੀਆ ਤੋਂ ਆਇਆ ਜਾਂ ਕਿਤੇ ਕਿਸੇ ਕੰਟਰੀ ਤੋਂ ਆਇਆ ਉਹਨੇ ਸਾਈਨ ਕਰਦੇ ਆ ਉਸ ਦਿਨ ਦੀ ਅਪੁਆਇੰਟਮੈਂਟ ਮਿਲਦੀ ਆ ਸਭ ਤੋਂ ਪਹਿਲਾ ਮੁੱਦਾ ਤਾਂ ਇਹਦੇ ਵਿੱਚ ਇਹੀ ਰੱਖਿਆ ਗਿਆ ਨਵੀਂ ਫਰੂਸੀ ਦੇ ਵਿੱਚ ਵੀ ਇਹ ਚੀਜ਼ ਨੂੰ ਯਕੀਨੀ ਬਣਾਇਆ ਜਾਵੇ ਵੀ ਜਿਹੜਾ ਮਾਲਕ ਬੁਲਾ ਰਿਹਾ ਉਹ ਐਂਟਰੀ ਕਰਾਊਗਾ ਪਹਿਲਾਂ ਤਾਂ 8 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਸਾਈਨ ਕਰੂਗਾ ਜਾ ਕੇ ਜੀ ਨੂੰ ਫੱਕ ਇਹਦੇ ਨੇ ਬਿੱਕਟ ਦੇ ਬਿੱਕਟ ਦੇ ਉੱਤੇ ਸਾਈਨ ਕਰੂਗਾ ਹਨਾ ਇਹਨੂੰ ਜਿੱਨੀ ਬਣਾਇਆ ਜਾਵੇ ਜੇਕਰ ਕੋਈ ਮਾਲਕ ਇਹ ਸਾਰ ਨਹੀਂ ਕਰਦਾ ਆਉਣ ਵਾਲੀ ਬਲੂਸੀ ਦੇ ਵਿੱਚ ਉਹਦਾ ਜਿਹੜਾ ਜੇ ਉਹ ਅੱਗੇ ਤੋਂ ਠੀਕ ਹੈ ਉਸ ਤੋਂ ਅਗਲੇ ਸਾਲ ਜੇ ਉਹ ਬੰਦਾ ਮੰਗਦਾ ਤੇ ਉਹਦਾ ਜਿਹੜਾ ਲਾਇਸੈਂਸ ਆ ਜਿਹੜਾ ਇੱਥੋਂ ਦਾ ਦਿੱਤਾ ਖੋਲਿਆ ਕੰਮ ਕਰ ਖੋਲਿਆ ਉਹ ਰੱਦ ਹੋ ਸਕਦਾ ਕੈਨਸਲ ਹੋ ਸਕਦਾ ਸਾਰਾ ਕੁਝ ਜੇ ਮਾਲਕ ਇਹੋ ਜਿਹਾ ਕੁਝ ਨਹੀਂ ਕਰਦਾ ਜੇ ਮਾਲਕ ਤੁਹਾਨੂੰ ਬੁਲਾਉਂਦਾ ਇੱਥੇ ਲੈ ਕੇ ਛੜਨਦਾ ਤੇ ਤੁਹਾਡੀ ਐਂਟਰੀ ਨਹੀਂ ਕਰਾਉਂਦਾ ਤੁਹਾਡਾ ਕੈਟਰੀ ਜਮਾ ਕਰਾਉਂਦਾ ਉਸ ਮਾਲਕ ਦਾ ਜਿਹੜਾ ਏਜੰਸੀ ਹੈ ਜਿਹੜਾ ਕੰਮ ਕਰਾਉ ਉਹ ਸਰਕਾਰ ਬੰਦ ਕਰ ਸਕਦੀ ਹੈ ਇਹ ਸਭ ਤੋਂ ਵੱਡੀ ਅਪਡੇਟ ਆ ਉਸ ਤੋਂ ਬਾਅਦ ਕਲਿਕ ਡੇਟ ਦੀ ਗੱਲ ਕਰਦੇ ਆ ਕਲਿਕ ਡੇਟ ਤੇ ਇਸ ਨਿਊਜ਼ ਦਾ ਲਿੰਕ ਮੈਂ 200 ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦੂੰਗਾ ਤੁਸੀਂ ਖੁਦ ਪੜ ਕੇ ਵੇਖੋ ਕਲਿਕ ਡੇਟ ਦਾ ਇਹ ਇਹਨਾਂ ਨੇ ਗੱਲ ਕੀਤੀ ਹੈ ਜਿਹੜੀ ਕਨਫਿਊਨ ਇੰਡਸਟਰੀਆ ਇੱਕ ਏਜੰਸੀ ਆ ਬਿਕ ਕਲਿੱਕ ਡੇਟ ਆ ਜਿਹੜੀ ਉਹ ਨੂੰ ਅ ਅਚੋ ਵਿਚਾਰਾ ਕੀਤੀ ਗਈ ਆ ਵੀ ਜਿਹੜੇ ਉਹ ਤੇ ਨਾ ਹਦਾ ਗਿਆ ਵੀ ਜਿਹੜੇ ਬੰਦਿਆਂ ਦੀ ਲੋਡ ਹੁੰਦੀ ਆ ਖਾਸ ਕਰਕੇ ਉਹਨਾਂ ਨੂੰ ਉਹ ਵਿਚਾਰੇ ਪਿੱਛੇ ਰਹਿ ਜਾਂਦੇ ਆ ਤੇ ਕਲਿੱਕ ਡੇ ਤੇ ਜਿਹੜੇ ਬੰਦੇ ਪਹਿਲਾਂ ਕਲਿੱਕ ਕਰ ਗਏ ਉਹ ਪਹਿਲਾਂ ਨੰਬਰ ਲੈ ਜਾਂਦੇ ਆ ਮਤਲਬ ਐਂਟਰ ਕਰ ਜਾਂਦੇ ਜਿਨ੍ਹਾਂ ਦੀ ਲੋਡ ਨਹੀਂ ਹੁੰਦੀ ਜਿਹੜੇ ਬੈਜ਼ੀ ਏਜੰਟਾਂ ਦੇ ਭਰੇ ਹੁੰਦੇ ਆ 마ਫੀਆ ਦੀ ਕੁਸਪੈਠ 마ਫੀਆ ਦੀ ਕੁਸਪੈਠ ਕਿੰਨੂੰ ਕਹਿੰਦੇ ਆ ਵੀ ਕਾਨੂੰਨੀ ਤੌਰ ਤੇ ਅੱਖਾਂ ਸਰਕਾਰ ਬੰਦ ਕਰਕੇ ਇੱਕ ਕਲੈਕਟਡ ਰੱਖਦੀ ਆ ਹਨਾ ਵੀ ਉਹਦੇ ਕਲੈਕਟਡ ਦੇ ਵਿੱਚ ਜਿਹਨੇ ਕਲੈਕ ਕਰਤੇ ਪੇਪਰ ਜਿਹੜਾ ਟਾਈਮ ਦੇ ਵਿੱਚ ਐਂਟਰ ਕਰ ਗਿਆ ਉਹ ਸਾਰਾ 마ਫੀਆ ਹੁੰਦਾ ਤੇ ਜਿਹੜੇ ਮਹਤੜ ਜਿਹਨੂੰ ਵਾਕਈ ਬੰਦੇ ਚਾਹੀਦੇ ਆ ਤੇ ਉਹ ਪਿੱਛੇ ਰਹਿ ਜਾਂਦੇ ਆ ਇਹਦੇ ਤੇ ਵੀ ਇਹਨਾਂ ਨੇ ਇੱਕ ਕਾਨੂੰਨ ਨਵਾਂ ਬਣਾਉਣਾ ਤੇ ਉਸ ਤੋਂ ਬਾਅਦ ਅਗਲੀ ਖਬਰ ਜਿਹੜੀ ਮੈਂ ਸ਼ੇਅਰ ਦੱਸ ਰਿਹਾ ਤੁਹਾਨੂੰ ਸ਼ੋਸ਼ਣ ਦਾ ਸ਼ਿਕਾਰ ਲੋਕ ਜਿਹੜੇ ਇਟਲੀ ਦੇ ਵਿੱਚ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਆ ਸ਼ੋਸ਼ਣ ਦਾ ਸ਼ਿਕਾਰ ਇਹਨਾਂ ਨੇ ਮੈਂਸ਼ਨ ਵੀ ਕੀਤਾ ਖਬਰ ਦੇ ਵਿੱਚ ਜਿਵੇਂ ਕਿ ਆਪਣਾ ਵੀਰ ਸਤਨਾਮ ਸਿੰਘ ਸੀਗਾ ਵੀ ਉਹਨੂੰ ਮਰ ਲਈ ਛੱਡ ਦਿੱਤਾ ਗਿਆ ਹਨਾ ਕੋਈ ਸੁਰੱਖਿਆ ਨਹੀਂ ਉਹਨੂੰ ਪ੍ਰਦਾਨ ਕੀਤੀ ਗਈ ਤੇ ਉਹਦੇ ਮਤਲਬ ਕੱਟੀ ਬਾਹ ਵੀ ਉਹਨੂੰ ਉਹ ਸੈਟਕੇ ਨਾਲ ਮਾਲਕ ਦੁਰ ਗਿਆ ਇਹੋ ਜਾਂ ਕੁਸ ਇਟਲੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਹ ਵੀ ਇੱਕ ਪੁਆਇੰਟ ਰੱਖਿਆ ਗਿਆ ਇਹਨਾਂ ਦੀ ਮੀਟਿੰਗ ਦੇ ਵਿੱਚ ਮਤਲਬ ਜੇਕਰ ਛੋਜਨ ਦਾ ਪੀੜਤ ਜੇ ਕੋਈ ਹੈ ਉਹ ਜਾਂ ਬਿਨਾ ਪੇਪਰਾਂ ਤੋਂ ਕੰਮ ਕਰਦਾ ਉਹਨੂੰ ਪੇਪਰ ਬਣਾਉਣ ਦਾ ਹੱਕ ਹੋਣਾ ਚਾਹੀਦਾ ਮਤਲਬ ਉਸ ਮਾਲਕ ਨੂੰ ਅਧਿਕਾਰ ਹੋਣਾ ਚਾਹੀਦਾ ਵੀ ਉਹਦੇ ਪੇਪਰ ਬਣਾ ਕੇ ਦੇਵੇ ਜਿਹੜੇ ਮਾਲਕ ਸਹੀਹੇ ਦਿੰਦੇ ਆ ਬੰਦਿਆਂ ਨਾਲ ਗਲਤ ਕਰਦੇ ਆ ਸ਼ੋਸ਼ਣ ਕਰਦੇ ਆ ਕਾਟ ਮਾਰ ਕਰਦੇ ਆ ਉਹਨਾਂ ਦੇ ਹੱਥ ਤੇ ਇੱਕ ਗੈਂਗ ਮਾਸਟਰੀਂਗ ਦਾ ਵਰਤਾਵਾ ਕੇਂਦਰ ਦਾ ਵੀ ਉਤ ਘਾੜਨ ਕੀਤਾ ਜਾਣਾ ਚਾਹੀਦਾ ਮਤਲਬ ਇੱਕ ਸਟੇਜ ਬਣਾਉਣੀ ਚਾਹੀਦੀ ਹੈ ਇੱਕ ਪਲੇਟਫਾਰਮ ਬਣਾਉਣਾ ਚਾਹੀਦਾ ਬਈ ਉਹ ਜਿੱਥੇ ਆਪਣੀ ਅਰਜੀ ਦੇ ਸਕਣ ਉਸ ਤੋਂ ਬਾਅਦ ਅਗਲੀ ਜਿਹੜੀ ਇਹਦੇ ਵਿੱਚ ਗੱਲ ਹੋਈ ਹੈ ਐਨ ਜੀਓ ਮੀਟਿੰਗ ਦੀ ਐਨ ਜੀਓ ਤੇ ਪ੍ਰਵਾਸੀ ਕੇਂਦਰਾਂ ਦਾ ਬੱਚਾ ਜਿਹੜੇ ਕਿਸ ਤੰਗਾਂ ਰਹੀ ਆਉਂਦੇ ਆ ਤੇ ਉਹ ਠੀਕ ਆ ਆਪਣੇ ਬੰਦੇ ਤੜੀ ਆਉਂਦੇ ਕਹੇ ਇਸ ਤਰ੍ਹਾਂ ਨਹੀਂ ਆਪਣੇ ਬੰਦੇਆਂ ਨੂੰ ਆਪਣੇ ਇੰਡੀਆ ਵਾਲੇ ਬੰਦੇ ਨੂੰ ਵੀਰ ਮੇਰੇ ਇੰਡੀਆ ਦਾ ਤਾਂ ਇਕੱਲੀ ਫਲੂਸੀ ਸੰਭ ਲੈਂਦੀ ਐ ਤੁਸੀਂ ਵੇਖਿਆ ਹੁਣ 10 ਲੱਖ ਤੇ 9095000 ਰੈਫਰੈਂਸ ਨੰਬਰ ਤੱਕ ਪਹੁੰਚ ਗਿਆ ਤੇ ਕੋਟਾ ਸੀਗਾ 1 ਲੱਖ ਤੇ 51000 ਸਾਰਾ ਤੁਸੀਂ ਵੇਖਿਆ ਹੋਣਾ ਬਈ ਦੇਖ ਹੀ ਰਹੇ ਸਾਰੇ ਗਰੁੱਪਾਂ ਦੇ ਵਿੱਚ ਸਾਰਾ ਕੁਝ ਵੇਖ ਰਹੇ ਆ ਹਨਾ ਇਹ ਜਿਹੜੇ ਵਿਚਾਰੇ ਐਨਜੀਓ ਐਨਜੀਓ ਕਹਿੰਦੇ ਆ ਵੀ ਜਿਹੜੇ ਇਸ ਤਰ੍ਹਾਂ ਦੇ ਵਿੱਚ ਬੰਦੇ ਜਿਹੜੇ ਆਉਂਦੇ ਉਹਨਾਂ ਨੂੰ ਰਾਹ ਦੇ ਰਸਤੇ ਦੇ ਵਿੱਚੋਂ ਪਚਾਪ ਚੁੱਕੇ ਲਾਉਂਦੇ ਹਨ ਐਨ ਜੀਓ ਕਹਿੰਦੇ ਆ ਤੇ ਉਹਨਾਂ ਤੇ ਵੀ ਕਰੂਣ ਆ ਜਿਹੜਾ ਇਹ ਇਹ ਜਲਦੀ ਬਣਾਉਣ ਜਾ ਰਹੀ ਹੈ ਸਰਕਾਰ ਤੇ ਉਸ ਤੋਂ ਬਾਅਦ ਇਹ ਜਿਹੜਾ ਲੇਖ ਆ ਇਹ ਜਿਹੜੀ ਕੱਲ ਮੀਟਿੰਗ ਹੋਈ ਹੈ ਇਹ ਮੰਤਵਾਨ ਮੰਤਵਾਨ ਉਹਨਾਂ ਦੇ ਪ੍ਰਧਾਨ ਮੰਤਰੀ ਆ ਜਿਹੜਾ ਅੰਡਰ ਸੈਕਟਰੀ ਆ ਅਲਫਰੇਡੋ ਮੰਤਵਾਨ ਉਹਨੇ 17 17 ਪੇਜ ਦਾ 17 ਪੇਜ ਦਾ ਇੱਕ ਲੇਖ ਬਣਾਇਆ ਸੀਗਾ 17 ਪੇਜ ਦੀ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਦੇ ਵਿੱਚ ਇਹ ਸਾਰਾ ਕੁਸ਼ਾ ਤੇ ਰਿਪੋਰਟ ਦੇ ਬਾਵਜੂਦ ਕੋਈ ਹਜੇ ਸਿੱਟਾ ਨਹੀਂ ਇਹ ਮ뤘ਵੀ ਕਰ ਦਿੱਤੇ ਕੀ ਮੀਟਿੰਗ ਮ뤘ਵੀ ਕਰ ਦਿੱਤੇ ਕੀ ਇਹ ਸਾਰਾ ਕੁਸ਼ਾ ਬਿਨਾ ਫੈਸਲੇ ਤੋਂ ਮ뤘ਵੀ ਕਰ ਦਿੱਤਾ ਗਿਆ ਹਨਾ ਤੇ ਅਮਾਂਹੇ ਦਿਨਾਂ ਦੇ ਵਿੱਚ ਦੇਖਦੇ ਆਂ ਵੀ ਕੀ ਕਿਸ ਦਿਨ ਕੀ ਕੁਝ ਹੁੰਦਾ ਇਹ ਮੈਂ ਤੁਹਾਨੂੰ ਸਾਰੀ ਰਿਪੋਰਟ ਪੜ੍ਹ ਕੇ ਸੁਣਾਤੀ ਆ ਜਿਹੜੀ ਅੱਜ ਦੀ ਰਿਪੋਰਟ ਸੀਗੀ ਬੀਤੇ ਕੱਲ ਦੀ ਸੋਰੀ ਅੱਜ ਮੈਂ ਵੀਡੀਓ ਪਾ ਰਹੀ ਆ ਬੀਤੇ ਕੱਲ ਦੀ ਰਿਪੋਰਟ ਸੀਗੀ ਇਹ ਸਾਰੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਤੀ ਆ ਤੇ ਬਾਕੀ ਜਿਹੜੀ ਗੱਲ ਕਰਦੇ ਆਪਾਂ ਐ ਕਮੈਂਟਾਂ ਦੀ ਕਮੈਂਟਾਂ ਦੇ ਪੁਆਇੰਟ ਪੁਆਇੰਟਾਂ ਦਾ ਅਪਾਇੰਟਮੈਂਟ ਦਾ ਵੀਰ ਮੇਰੇ ਉਹ ਵੀ ਅਪਾਇੰਟਮੈਂਟਾਂ ਜਿਹੜੀਆਂ ਬੀਤੇ ਕੱਲ ਸ਼ੁੱਕਰਵਾਰ ਜਿਹੜੀਆਂ ਰਿਜੈਕਸ਼ਨ ਆਗਣਾ ਸੀਗੀਆਂ ਉਹ ਹੀ ਮਿਲੀਆਂ ਤਕਰੀਬਨ ਤਕਰੀਬਨ ਸਾਰੇ ਬੰਦੇ ਨਾਲ ਮਿਲ ਚੁੱਕੇ ਨੇ ਕਈ ਬੰਦੇ ਰਹਿ ਵੀ ਗਏ ਆ ਮੇਰੀ ਖੁਦ ਦੀ ਅਪਾਇੰਟਮੈਂਟ ਰਹੀ ਹੈ ਹਨਾ 345000 ਨੰਬਰ ਸੀਗਾ ਉਹ ਰਹਿ ਗਿਆ 345000 ਤੋਂ ਟੱਪ ਗਿਆ ਤੇ ਜਿਨ੍ਹਾਂ ਦਾ ਰਿਜੈਕਸ਼ਨ ਆ ਰਗਾ ਸੀ ਉਹ ਰਹਿ ਗਈਆਂ ਤੇ ਬਾਕੀ ਹੁਣ ਸੋਮਵਾਰ ਤੇ ਗੱਲ ਗਈ ਅਪਾਇੰਟਮੈਂਟਾਂ ਦੀ ਵੀ ਕਦੋਂ ਕਦੋਂ ਕਿਹੜੇ ਪਾਸੇ ਕੀ ਖੋਜ ਕਰੀ ਹੋਦੀ ਬਾਕੀ ਇੱਕ ਗੱਲ ਮੈਂ ਹੋਰ ਸ਼ੇਅਰ ਕਰਦਾ ਜਿਹੜੇ ਮੇਰੇ ਵੀਰਾਂ ਦੇ ਵਾਕੇ ਹੀ ਨੂੰ ਲੈ ਉਸ ਤੇ ਐਕਸਪਾਇਰ ਹੋਣ ਵਾਲੇ ਆ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੁੰਦਾ ਦੀਦਾ ਵੀਰ ਮੇਰੇ ਸੋਮਵਾਰ ਨੂੰ ਇੱਕ ਬਰੇ ਵੀਰ ਨੇ ਮੈਸੇਜ ਪਾਇਆ ਸੀ ਸੋਮਵਾਰ ਨੂੰ ਇਕੱਠੇ ਹੋ ਕੇ ਉੱਥੇ ਪਹੁੰਚੋ ਦਿੱਲੀ ਦਿੱਲੀ ਪਹੁੰਚੋ ਇਕੱਠੇ ਹੋ ਕੇ ਉੱਥੇ ਹੀ ਤੁਹਾਡਾ ਹੱਲ ਹੋਊਗਾ ਜਿਨ੍ਹਾਂ ਦੀ ਕਿਤੇ ਰਿਜੈਕਟ ਹੋਈ ਆ ਵੈਬ ਫਾਰਮ ਨਹੀਂ ਖੁੱਲ ਰਿਹਾ ਅਪਪਾਇੰਟਮੈਂਟ ਨਹੀਂ ਆ ਰਹੀ ਨੂਲਿਓਸ ਐਕਸਪਾਇਰ ਹੋ ਗਏ ਆ ਕੋਈ ਹੱਲ ਨਹੀਂ ਹੋ ਰਿਹਾ ਇਕੱਠੇ ਹੋ ਕੇ ਇਕਾ ਕਰੋ ਮੇਰੇ ਭਾਈ ਇਕਾ ਕਰਕੇ ਪਹੁੰਚੋ ਕਿਉਂਕਿ ਮੈਂ ਵੇਖ ਰਿਹਾ ਪਹਿਲਾਂ ਬਹੁਤ ਗਰੁੱਪਾਂ ਦੇ ਵਿੱਚ ਵੀ ਤੇ ਮੈਸੇਜਾਂ ਦੇ ਵਿੱਚ ਬਹੁਤ ਮੇਰੇ ਵੀਰ ਤੰਗ ਸੀਗੇ ਅਸੀਂ ਚੱਲਾਂਗੇ ਅਸੀਂ ਚੱਲਾਂਗੇ ਹੁਣ ਕੋਈ ਜਿਨ੍ਹਾਂ ਨੂੰ ਅਪਾਰਟਮੈਂਟਾਂ ਮਿਲ ਗਈਆਂ ਸਾਰੇ ਕੋਈ ਗਰੁੱਪ ਛੱਡ ਕੇ ਭੱਜ ਰਿਹਾ ਕੋਈ ਕੁਛ ਹਨਾ ਕਿਉਂਕਿ ਮੈਂ ਇੱਕ ਵੀਡੀਓ ਜੇ ਪਹਿਲਾਂ ਦਾ ਦਾ ਦਉਨਾ ਮੇਰੀ ਸਿੱਧੀ ਗੱਲ ਹੁੰਦੀ ਹੈ ਜਿਹਦੇ ਘਰ ਅੱਗ ਲੱਗੀ ਹੈ ਉਹੀ ਭਜਾਊਗਾ ਬਾਈ ਗਵਾਂਡੀ ਦੇ ਘਰ ਅੱਗ ਲੱਗੀ ਨਹੀਂ ਹੋਰ ਆਣੋ ਸੁੱਤਾ ਪਿਆ ਠੀਕ ਆ ਜਿਹਦੀ ਅੱਗ ਬੁਝ ਗਈ ਆ ਤੇ ਉਹ ਆਪ ਦਾ ਸਮਝਦਾ ਚੁੱਪ ਕਰਕੇ ਉਹ ਗਰੁੱਪ ਹੀ ਛੱਡ ਦਿੰਦਾ ਸੋ ਮੇਰੇ ਵੀਰ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਆਪਣੇ ਗਰੁੱਪ ਦਾ ਵਿੱਚ ਜਿਨ੍ਹਾਂ ਨੇ ਜਾਣਾ ਆਪ ਇੱਕ ਦੂਸਰੇ ਨਾਲ ਟਾਈ ਅਪ ਕਰ ਲੋ ਜਿਹੜੇ ਹੋਰ ਟੁੱਟੇ ਭੱਜੇ ਗਰੁੱਪ ਬਣਾਈ ਵਰਦੇ ਆ ਮੇਰੇ ਵੀਰ ਤੇ ਉਹਨਾਂ ਨੂੰ ਬੇਨਤੀ ਆ ਵੀ ਠੀਕ ਆ ਤੁਸੀਂ ਆਪ ਦਾ ਗਰੁੱਪ ਸੰਭਾਲੋ ਕੋਈ ਚੱਕਰ ਨਹੀਂ ਮੈਨੂੰ ਆਪਦੇ ਗਰੁੱਪ ਤੱਕ ਕੋਈ ਉਹ ਮਕਸਦ ਨਹੀਂਗਾ ਪਰ ਸਾਰੇ ਬੰਦੇ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੋ ਮੇਰੇ ਭਾਈ ਸਾਰੇ ਬੰਦੇ ਜਿਨ੍ਹਾਂ ਜਿਹੜੇ ਫਸੇ ਹੋਏ ਆ ਜਿਨ੍ਹਾਂ ਦੇ ਪੈਸੇ ਦੇ ਹੀ ਬੈਠੇ ਆ ਤੇ ਅਪਾਇੰਟਮੈਂਟ ਦਾ ਕਰਕੇ ਫਸੇ ਆ ਤੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੋ ਮੈਂ ਆਪਦਾ ਗਰੁੱਪ ਬੰਦ ਕਰ ਦੂੰਗਾ ਮੈਨੂੰ ਗਰੁੱਪਾਂ ਦਾ ਕੋਈ ਮਤਲਬ ਨਹੀਂ ਪਰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੁਹਾਨੂੰ ਫਿਰ ਇਕੱਠੇ ਹੋ ਕੇ ਜਾਣਾ ਚਾਹੀਦਾ ਆਪਦਾ ਪ੍ਰੋਬਲਮ ਦੱਸੋ ਤੇ ਐਮਬੈਸੀ ਦੇ ਵਿੱਚ ਜਾ ਕੇ ਤੁਹਾਡਾ ਹੱਲ ਜ਼ਰੂਰ ਹੋਊਗਾ ਕੋਈ ਤੇ ਇਹ ਹੀ ਤੋਂ ਉਸ ਤੋਂ ਮੈਂ ਮੈਂ ਅਪਡੇਟ ਮੈਂ ਮੈਂ ਅੱਜ ਦੀ ਗੱਲਬਾਤ ਕਿਉਂਕਿ ਮੇਰੀ ਗੱਲਬਾਤ ਜਿਹੜੀ ਹੁੰਦੀ ਹੈ ਠੇੜ ਪਿਓਰ ਪੰਜਾਬੀ ਦੇ ਵਿੱਚ ਹੁੰਦੀ ਹੈ ਠੇੜ ਠ ਪੰਜਾਬੀ ਦੇ ਵਿੱਚ ਹੁੰਦੀ ਹੈ ਕੋਈ ਨਾ ਮੈਂ ਕਿਤੇ ਵੀਡੀਓ ਰਿਕਾਰਡ ਕਰਨ ਲੱਗਾ ਨਾ ਰੁਕਾਂ ਨਾ ਹੀ ਮੈਂ ਕੱਟ-ਕੱਟ ਕੇ ਵੀਡੀਓ ਬਣਾਵਾ ਵੀ ਅੱਜ ਹੁਣ ਆਪ ਬੋਲਤਾ ਰੋਕ ਕੇ ਬਣਾਉਣੇ ਆ ਕਿਉਂਕਿ ਮੈਂ ਜਿਹੜੀ ਗੱਲ ਕਰਨੀ ਹੁੰਦੀ ਆ ਸਿੱਧੀ ਤੇ ਖੇਡ ਕਰਦਾ ਹਾਂ ਤੇ ਮਿਲਦੇ ਆ ਅਗਲੀ ਵੀਡੀਓ ਸਤਿ ਸ੍ਰੀ ਅਕਾਲ ਤੁਹਾਨੂੰ ਰੱਬ ਰੱਖਾ